ਤਾਂ ਦੱਸਦੇ ਕਿ ਭਾਰੀ ਮੀਂਹ ਤੋਂ ਬਾਅਦ ਤਬਾਹੀਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਸ਼ਹਿਰ ਬਿਲਕੁਲ ਦਰਿਆ ਬਣ ਜਾਂਦਾ ਤੇ ਗਲੀਆਂ ਦੇ ਵਿੱਚ ਤੁਹਾਨੂੰ ਮੰਜੇ ਬਿਸਤਰੇ ਵੀ ਤੈਰਦੇ ਹੋਏ ਵਿਖਾਈ ਦੇਣਗੇ ਤਾਂ ਪਾਣੀ ਇੰਨਾ ਭਰ ਗਿਆ ਕਿ ਉਹ ਹੋਕਰਾਂ ਦੀਆਂ ਛੱਤਾਂ ਤੱਕ ਲੱਗ ਜਾਂਦਾ ਤੇ ਸੜਕਾਂ ਤੇ ਗੱਡੀਆਂ ਵੀ ਫਸ ਜਾਂਦੀਆਂ ਨੇ ਜਿਸ ਦੇ ਵਿੱਚ ਇੱਕ ਸਕੂਲ ਵੈਂਡ ਵੀ ਫਸ ਗਈ ਸੀ ਜਿਸ ਨੂੰ ਕੇ ਲੋਕਾਂ ਦੇ ਵੱਲੋਂ ੱਤਕੇ ਲਗਾ ਕੇ ਬਾਹਰ ਕੱਢਿਆ ਗਿਆ ਤਾਂ ਲੋਕਾਂ ਦੇ ਵਿੱਚ ਹਾਹਾਕਾਰ ਮੱਚਾ ਹੋਇਆ ਤਾਂ ਭਾਰੀ ਮੀਂਹ ਤੋਂ ਬਾਅਦ ਇਹ ਤਬਾਹੀ ਦਾ ਮੰਜ਼ਰ ਵੇਖਣ ਨੂੰ ਮਿਲ ਰਿਹਾ ਹੈ ਦਾਦਾ ਜੀ ਦੇ ਗੁਜਰਾਤ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਭਾਰੀ ਮੀਂਹ ਤੋਂ ਬਾਅਦ ਲਗਾਤਾਰ ਤਬਾਹੀ ਜਾਰੀ ਹੈ ਤਾਂ ਵੇਖ ਸਕਦੇ ਹੋ ਕਿ ਪਾਣੀ ਕਿੰਨਾ ਉੱਪਰ ਤੱਕ ਪਹੁੰਚ ਗਿਆ ਘਰਾਂ ਦੀਆਂ ਛੱਤਾਂ ਤੱਕ ਲੱਗਿਆ ਹੋਇਆ ਤੇ ਸ਼ਹਿਰ ਬਿਲਕੁਲ ਦਰਿਆ ਬਣ ਚੁੱਕਿਆ ਤਾਂ ਲੋਕਾਂ ਨੂੰ ਦੱਸ ਦਈਏ ਕਿ ਰੈਸਕਿਊ ਵੀ ਕੀਤਾ ਜਾ ਰਿਹਾ ਜਿੱਥੇ ਕਿ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾ ਦਿੱਤਾ ਜਾਂਦਾ ਹੈ ਤਾਂ ਗੁਜਰਾਤ ਦੇ ਵਿੱਚ ਲਗਾਤਾਰ ਤਬਾਹੀ ਮਚਾਈ ਹੋਈ ਹੈ ਇਸ ਵਾਰ ਦੇ ਮਹੀਨੇ ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਥੇ ਇਹ ਸ਼ਹਿਰ ਬਿਲਕੁਲ ਦਰਿਆ ਬਣ ਗਿਆ ਤੇ ਸੜਕਾਂ ਤੇ ਖੜੀਆਂ ਗੱਡੀਆਂ ਵੀ ਪਾਣੀ ਦੇ ਵਿੱਚ ਫਸ ਜਾਂਦੀਆਂ ਨੇ ਜਿਸ ਦੇ ਵਿੱਚ ਇੱਕ ਸਕੂਲ ਬੈਂਡ ਵੀ ਫਸ ਗਈ ਸੀ ਜਿਸ ਨੂੰ ਕਿ ਲੋਕਾਂ ਦੇ ਵੱਲੋਂ ਕੱਢਿਆ ਜਾਂਦਾ ਤਾਂ ਦੱਸਦੇ ਕਿ ਭਾਰੀ ਮੀਂਹ ਤੋਂ ਬਾਅਦ ਤਬਾਹੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਸ਼ਹਿਰ ਬਿਲਕੁਲ ਦਰਿਆ ਬਣ ਜਾਂਦਾ ਤੇ ਗਲੀਆਂ ਦੇ ਵਿੱਚ ਤੁਹਾਨੂੰ ਮੰਜੇ ਬਿਸਤਰੇ ਵੀ ਤੈਰਦੇ ਹੋਏ ਵਿਖਾਈ ਦੇਣਗੇ ਤਾਂ ਪਾਣੀ ਇੰਨਾ ਭਰ ਗਿਆ ਕਿ ਉਹ ਹੁੱਕ ਕਰਾ ਦੀਆਂ ਛੱਤਾਂ ਤੱਕ ਲੱਗ ਜਾਂਦਾ ਤੇ ਸੜਕਾਂ ਤੇ ਗੱਡੀਆਂ ਵੀ ਫਸ ਜਾਂਦੀਆਂ ਨੇ ਜਿਸ ਦੇ ਵਿੱਚ ਇੱਕ ਸਕੂਲ ਵੈਂਡ ਵੀ ਫਸ ਗਈ ਸੀ ਜਿਸ ਨੂੰ ਕੇ ਲੋਕਾਂ ਦੇ ਵੱਲੋਂ ਤੱਕੇ ਲਗਾ ਕੇ ਬਾਹਰ ਕੱਢਿਆ ਗਿਆ ਤਾਂ ਲੋਕਾਂ ਦੇ ਵਿੱਚ ਹਾਹਾਕਾਰ ਮੱਚਾ ਹੋਇਆ ਤਾਂ ਭਾਰੀ ਮੀਂਹ ਤੋਂ ਬਾਅਦ ਇਹ ਤਬਾਹੀ ਦਾ ਮੰਜ਼ਰ ਵੇਖਣ ਨੂੰ ਮਿਲ ਰਿਹਾ ਹੈ ਦਾ ਦੱਸਦੇ ਕਿ ਗੁਜਰਾਤ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਭਾਰੀ ਮੀਂਹ ਤੋਂ ਬਾਅਦ ਲਗਾਤਾਰ ਤਬਾਹੀ ਜਾਰੀ ਹੈ ਤਾਂ ਵੇਖ ਸਕਦੇ ਹੋ ਕਿ ਪਾਣੀ ਕਿੰਨਾ ਉੱਪਰ ਤੱਕ ਪਹੁੰਚ ਗਿਆ ਘਰਾਂ ਦੀਆਂ ਛੱਤਾਂ ਤੱਕ ਲੱਗਿਆ ਹੋਇਆ ਤੇ ਸ਼ਹਿਰ ਬਿਲਕੁਲ ਦਰਿਆ ਬਣ ਚੁੱਕਿਆ ਤਾਂ ਲੋਕਾਂ ਨੂੰ ਦੱਸ ਦਈਏ ਕਿ ਰੈਸਕਿਊ ਵੀ ਕੀਤਾ ਜਾ ਰਿਹਾ ਜਿੱਥੇ ਕਿ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾ ਦਿੱਤਾ ਜਾਂਦਾ ਹੈ ਤਾਂ ਗੁਜਰਾਤ ਦੇ ਵਿੱਚ ਲਗਾਤਾਰ ਤਬਾਹੀ ਮਚਾਈ ਹੋਈ ਹੈ ਇਸ ਵਾਰ ਦੇ ਮਹੀਨੇ ਤਾਂ ਵੇਖ ਸਕਦੇ ਹਾਂ ਕਿਸ ਤਰੀਕੇ ਦੇ ਨਾਲ ਇੱਥੇ ਇਹ ਸ਼ਹਿਰ ਬਿਲਕੁਲ ਦਰਿਆ ਬਣ ਗਿਆ ਤੇ ਸੜਕਾਂ ਤੇ ਖੜੀਆਂ ਗੱਡੀਆਂ ਵੀ ਪਾਣੀ ਦੇ ਵਿੱਚ ਫਸ ਜਾਂਦੀਆਂ ਨੇ ਜਿਸ ਦੇ ਵਿੱਚ ਇੱਕ ਸਕੂਲ ਬੈਂਡ ਵੀ ਫਸ ਗਈ ਸੀ ਜਿਸ ਨੂੰ ਕਿ ਲੋਕਾਂ ਦੇ ਵੱਲੋਂ ਕੱਢਿਆ ਜਾਂਦਾ ਹੈ ਤਾਂ ਦੱਸਦੇ ਕਿ ਭਾਰੀ ਮੀਂਹ ਤੋਂ ਬਾਅਦ ਤਬਾਹੀਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਸ਼ਹਿਰ ਬਿਲਕੁਲ ਦਰਿਆ ਬਣ ਜਾਂਦਾ ਤੇ ਗਲੀਆਂ ਦੇ ਵਿੱਚ ਤੁਹਾਨੂੰ ਮੰਜੇ ਬਿਸਤਰੇ ਵੀ ਤੈਰਦੇ ਹੋਏ ਵਿਖਾਈ ਦੇਣਗੇ ਤਾਂ ਪਾਣੀ ਇੰਨਾ ਭਰ ਗਿਆ ਕਿ ਉਹ ਹੋਕਰਾਂ ਦੀਆਂ ਛੱਤਾਂ ਤੱਕ ਲੱਗ ਜਾਂਦਾ ਤੇ ਸੜਕਾਂ ਤੇ ਗੱਡੀਆਂ ਵੀ ਫਸ ਜਾਂਦੀਆਂ ਨੇ ਜਿਸ ਦੇ ਵਿੱਚ ਇੱਕ ਸਕੂਲ ਵੈਨ ਵੀ ਫਸ ਗਈ ਸੀ ਜਿਸ ਨੂੰ ਕੇ ਲੋਕਾਂ ਦੇ ਵੱਲੋਂ ੱਤਕੇ ਲਗਾ ਕੇ ਬਾਹਰ ਕੱਢਿਆ ਗਿਆ ਤਾਂ ਲੋਕਾਂ ਦੇ ਵਿੱਚ ਹਾਹਾਕਾਰ ਮੱਚਾ ਹੋਇਆ ਤਾਂ ਭਾਰੀ ਮੀਂਹ ਤੋਂ ਬਾਅਦ ਇਹ ਤਬਾਹੀ ਦਾ ਮੰਜ਼ਰ ਵੇਖਣ ਨੂੰ ਮਿਲ ਰਿਹਾ ਹੈ ਤਦਾਦੇ ਕੇ ਗੁਜਰਾਤ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਭਾਰੀ ਮੀਂਹ ਤੋਂ ਬਾਅਦ ਲਗਾਤਾਰ ਤਬਾਹੀ ਜਾਰੀ ਹੈ ਤਾਂ ਵੇਖ ਸਕਦੇ ਹੋ ਕਿ ਪਾਣੀ ਕਿੰਨਾ ਉੱਪਰ ਤੱਕ ਪਹੁੰਚ ਗਿਆ ਘਰਾਂ ਦੀਆਂ ਛੱਤਾਂ ਤੱਕ ਲੱਗਿਆ ਹੋਇਆ ਤੇ ਸ਼ਹਿਰ ਬਿਲਕੁਲ ਦਰਿਆ ਬਣ ਚੁੱਕਿਆ ਤਾਂ ਲੋਕਾਂ ਨੂੰ ਦੱਸਦੀਏ ਕਿ ਰੈਸਕਿਊ ਵੀ ਕੀਤਾ ਜਾ ਰਿਹਾ ਜਿੱਥੇ ਕਿ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾ ਦਿੱਤਾ ਜਾਂਦਾ ਹੈ ਤਾਂ ਗੁਜਰਾਤ ਦੇ ਵਿੱਚ ਲਗਾਤਾਰ ਤਬਾਹੀ ਮਚਾਈ ਹੋਈ ਹੈ ਇਸ ਵਾਰ ਦੇ ਮਹੀਨੇ ਤਾਂ ਵੇਖ ਸਕਦੇ ਹਾਂ ਕਿਸ ਤਰੀਕੇ ਦੇ ਨਾਲ ਇੱਥੇ ਇਹ ਸ਼ਹਿਰ ਬਿਲਕੁਲ ਆ ਬਣ ਗਿਆ ਤੇ ਸੜਕਾਂ ਤੇ ਖੜੀਆਂ ਗੱਡੀਆਂ ਵੀ ਪਾਣੀ ਦੇ ਵਿੱਚ ਫਸ ਜਾਂਦੀਆਂ ਨੇ ਜਿਸ ਦੇ ਵਿੱਚ ਇੱਕ ਸਕੂਲ ਵੈਂਡ ਵੀ ਫਸ ਗਈ ਸੀ ਜਿਸ ਨੂੰ ਕਿ ਲੋਕਾਂ ਦੇ ਵੱਲੋਂ ਕੱਢਿਆ ਜਾਂਦਾ ਤਾਂ ਦੱਸਦੇ ਕਿ ਭਾਰੀ ਮੀਂਹ ਤੋਂ ਬਾਅਦ ਤਬਾਹੀਆਂ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਸ਼ਹਿਰ ਬਿਲਕੁਲ ਦਰਿਆ ਬਣ ਜਾਂਦਾ ਤੇ ਗਲੀਆਂ ਦੇ ਵਿੱਚ ਤੁਹਾਨੂੰ ਮੰਜੇ ਬਿਸਤਰੇ ਵੀ ਤੈਰਦੇ ਹੋਏ ਵਿਖਾਈ ਦੇਣਗੇ ਤਾਂ ਪਾਣੀ ਇੰਨਾ ਭਰ ਗਿਆ ਕਿ ਉਹ ਘਰਾਂ ਦੀਆਂ ਛੱਤਾਂ ਤੱਕ ਲੱਗ ਜਾਂਦਾ ਤੇ ਸੜਕਾਂ ਤੇ ਗੱਡੀਆਂ ਵੀ ਫਸ ਜਾਂਦੀਆਂ ਨੇ ਜਿਸ ਦੇ ਵਿੱਚ ਇੱਕ ਸਕੂਲ ਵੈਂਡ ਵੀ ਫਸ ਗਈ ਸੀ ਜਿਸ ਨੂੰ ਕਿ ਲੋਕਾਂ ਦੇ ਵੱਲੋਂ ੱੱਕੇ ਲਗਾ ਕੇ ਬਾਹਰ ਕੱਢਿਆ ਗਿਆ ਤਾਂ ਲੋਕਾਂ ਦੇ ਵਿੱਚ ਹਾਹਾਕਾਰ ਮੱਚਾ ਹੋਇਆ ਤਾਂ ਭਾਰੀ ਮੀਂਹ ਤੋਂ ਬਾਅਦ ਇਹ ਤਬਾਹੀ ਦਾ ਮੰਜ਼ਰ ਵੇਖਣ ਨੂੰ ਮਿਲ ਰਿਹਾ ਹੈ ਤਦਾਦੇ ਕੇ ਗੁਜਰਾਤ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਭਾਰੀ ਮੀਂਹ ਤੋਂ ਬਾਅਦ ਲਗਾਤਾਰ ਤਬਾਹੀ ਜਾਰੀ ਹੈ ਤਾਂ ਵੇਖ ਸਕਦੇ ਹੋ ਕਿ ਪਾਣੀ ਕਿੰਨਾ ਉੱਪਰ ਤੱਕ ਪਹੁੰਚ ਗਿਆ ਘਰਾਂ ਦੀਆਂ ਛੱਤਾਂ ਤੱਕ ਲੱਗਿਆ ਹੋਇਆ ਤੇ ਸ਼ਹਿਰ ਬਿਲਕੁਲ ਦਰਿਆ ਬਣ ਚੁੱਕਿਆ ਤਾਂ ਲੋਕਾਂ ਨੂੰ ਦੱਸਦੀਏ ਕਿ ਰੈਸਕਿਊ ਵੀ ਕੀਤਾ ਜਾ ਰਿਹਾ ਜਿੱਥੇ ਕਿ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾ ਦਿੱਤਾ ਜਾਂਦਾ ਹੈ ਤਾਂ ਗੁਜਰਾਤ ਦੇ ਵਿੱਚ ਲਗਾਤਾਰ ਤਬਾਹੀ ਮਚਾਈ ਹੋਈ ਹੈ ਇਸ ਵਾਰ ਦੇ ਮਹੀਨੇ ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਥੇ ਇਹ ਸ਼ਹਿਰ ਬਿਲਕੁਲ ਰਿਆ ਬਣ ਗਿਆ ਤੇ ਸੜਕਾਂ ਤੇ ਖੜੀਆਂ ਗੱਡੀਆਂ ਵੀ ਪਾਣੀ ਦੇ ਵਿੱਚ ਫਸ ਜਾਂਦੀਆਂ ਨੇ ਜਿਸ ਦੇ ਵਿੱਚ ਇੱਕ ਸਕੂਲ ਵੈਂਡ ਵੀ ਫਸ ਗਈ ਸੀ ਜਿਸ ਨੂੰ ਕਿ ਲੋਕਾਂ ਦੇ ਵੱਲੋਂ ਕੱਢਿਆ ਜਾਂਦਾ